ਲਗਾਤਾਰ ਲੁੱਟਾਂ ਖੋਹਾਂ ਵਧਦੀਆਂ ਜਾ ਰਹੀਆਂ ਨੇ, ਜਿਸ ਦੇ ਵਿੱਚ ਲੁਟੇਰਿਆਂ ਵੱਲੋਂ ਇੱਕ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸਦੇ ਕਿ ਲੁਟੇਰਿਆਂ ਨੇ ਇੱਕ ਮਹਿਲਾ ਨੂੰ ਨਿਸ਼ਾਨਾ ਬਣਾਇਆ। ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦੋ ਲੁਟੇਰੇ ਐਕਟਿਵਾ ਤੇ ਬੈਠੇ ਨੇ ਤੇ ਮਹਿਲਾ ਦੇ ਪਰਸ ਤੇ ਝਪੱਟਾ ਮਾਰ ਦਿੰਦੇ ਨੇ, ਜਿਸ ਕਾਰਨ ਮਹਿਲਾ ਨੀਚੇ ਡਿੱਗ ਪੈਂਦੀ ਹੈ ਤੇ ਲੁਟੇਰੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ, ਪਰ ਇਹਨਾਂ ਦੀ ਇੱਕ ਕਰਤੂਤ CCTV ਦੇ ਵਿੱਚ ਕੈਦ ਹੋ ਜਾਂਦੀ ਹੈ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਲੁਟੇਰਿਆਂ ਵੱਲੋਂ ਬੜੀ ਚਲਾਕੀ ਦੇ ਨਾਲ ਮਹਿਲਾ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਉਸਦਾ ਪਰਸ ਖੋ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਇਸ ਦੇ ਵਿੱਚ ਮਹਿਲਾ ਨੀਚੇ ਡਿੱਗਦੀ ਹੈ, ਜਿਸ ਕਾਰਨ ਉਸਦੇ ਕਾਫੀ ਸੱਟਾਂ ਵੀ ਲੱਗਦੀਆਂ ਨੇ। ਦੱਸਦੇ ਕਿ ਮਹਿਲਾ ਨੇ ਹੱਥ ਦੇ ਵਿੱਚ ਪਰਸ ਫੜਿਆ ਹੋਇਆ ਸੀ ਤੇ ਜਦੋਂ ਉਹ ਆਪਣੇ ਵਹੀਕਲ ਵੱਲ ਵੱਧਦੀ ਹੈ ਤਾਂ ਉਸਦੇ ਪਰਸ ਤੇ ਇਹਨਾਂ ਲੁਟੇਰਿਆਂ ਵੱਲੋਂ ਝਪੱਟਾ ਮਾਰਿਆ ਜਾਂਦਾ ਹੈ। ਪਹਿਲਾਂ ਤਾਂ ਮਹਿਲਾ ਪਰਸ ਨਹੀਂ ਛੱਡਦੀ ਤੇ ਫਿਰ ਇਹ ਸਕੂਟਰੀ ਭਜਾ ਲੈਂਦੇ ਨੇ, ਜਿਸ ਕਾਰਨ ਮਹਿਲਾ ਨੀਚੇ ਡਿੱਗ ਪੈਂਦੀ ਹੈ ਤੇ ਫਿਰ ਇਹ ਲੁਟੇਰੇ ਪਰਸ ਖੋ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਦੱਸਦੇ ਕਿ ਵਾਰਦਾਤ ਅੰਮ੍ਰਿਤਸਰ ਦੇ ਵਿੱਚ ਵਾਪਰੀ ਹੈ ਤੇ ਚੋਰਾਂ ਤੇ ਲੁਟੇਰਿਆਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਨੇ, ਜਿਸ ਤੋਂ ਬਾਅਦ ਪੁਲਿਸ ਵੱਲੋਂ ਇਲਾਕੇ ਦੇ ਵਿੱਚ ਲੁੱਟਾਂ ਖੋਹਾਂ ਤੇ ਚੋਰੀਆਂ ਕਰਨ ਵਾਲੇ ਕਈ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਤੇ ਇਹਨਾਂ ਦੇ ਗਿਰੋਹ ਦਾ ਵੀ ਪਰਦਾਫਾਸ਼ ਕੀਤਾ। ਤਾਂ ਦੱਸ ਦਈਏ ਕਿ ਇੱਕ ਪਾਸੇ ਲੁੱਟਾਂ ਖੋਹਾਂ ਚੱਲ ਰਹੀਆਂ ਨੇ, ਇਲਾਕੇ ਦੇ ਵਿੱਚ ਲਗਾਤਾਰ ਵਧਦੀਆਂ ਜਾ ਰਹੇ ਨੇ ਤੇ ਉਧਰੋਂ ਪੁਲਿਸ ਵੀ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ। ਇਲਾਕੇ ਦੇ ਵਿੱਚੋਂ ਲੁੱਟਾਂ ਖੋਹਾਂ ਅਤੇ ਡਕੈਤੀ ਕਰਨ ਵਾਲੇ ਕਈ ਚੋਰਾਂ ਨੂੰ ਪੁਲਿਸ ਵੱਲੋਂ ਫੜਿਆ ਗਿਆ, ਉਹਨਾਂ ਦਾ ਗਿਰੋਹ ਫੜਿਆ ਗਿਆ ਜਿੱਥੇ ਇਹਨਾਂ ਵੱਲੋਂ ਲੁੱਟਾਂ ਖੋਹਾਂ ਦਾ ਸਮਾਨ ਵੇਚਿਆ ਜਾਂਦਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਮੀਡੀਆ ਅੱਗੇ ਆ ਕੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਵੱਲੋਂ ਇਲਾਕੇ ਦੇ ਵਿੱਚ ਵੱਡੀਆਂ ਲੁੱਟਾਂ ਖੋਹਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ। ਅੰਮ੍ਰਿਤਸਰ ਕਮਿਸ਼ਨਰ ਦੇ ਥਾਣਾ ਸਿਵਲ ਲਾਈਨਸ ਵਿਖੇ ਕੱਲ੍ਹ ਸਾਨੂੰ 12 ਤਰੀਕ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਵੱਲੋਂ ਮਨੀਸ਼ ਸ਼ਰਮਾ, ਜੋ ਕਿ ਈਸ਼ਵਰ ਨਗਰ ਅੰਮ੍ਰਿਤਸਰ ਦੇ ਰਹਿਣ ਵਾਲੇ। ਇਹਨਾਂ ਨੇ ਦੱਸਿਆ ਕਿ 11 ਤਰੀਕ ਨੂੰ ਕਰੀਬ 2 ਵਜੇ ਜਦੋਂ ਆਪਣੀ ਬੇਟੀ ਨੂੰ ਲੈਣ DAV ਸਕੂਲ ਦੇ ਸਾਹਮਣੇ ਆਏ ਸਨ ਤਾਂ ਇੱਕ ਐਕਟਿਵਾ ਸਵਾਰ ਨੌਜਵਾਨ, ਜੋ ਕਿ ਗ੍ਰੇ ਕਲਰ ਦੀ ਐਕਟਿਵਾ ਸੀ, ਜਿਸ ਦਾ ਉਹਨਾਂ ਨੇ ਨੰਬਰ ਵੀ ਦੱਸਿਆ ਵਾ, ਕਿ ਉਸਨੇ ਉਹਨਾਂ ਕੋਲੋਂ ਮੋਬਾਈਲ ਫੋਨ ਖੋਹ ਕੇ ਮੌਕੇ ਤੋਂ ਫਰਾਰ ਹੋ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਅਨੋਨ ਦੇ ਖਿਲਾਫ਼ ਇੱਕ 379B2 ਦੇ ਤਹਿਤ ਇੱਕ ਮੁਕੱਦਮਾ ਰਜਿਸਟਰ ਕੀਤਾ ਸੀ। ਜਦੋਂ ਅਸੀਂ ਇਸ ਚੀਜ਼ ਦੀ ਇਨਵੈਸਟੀਗੇਸ਼ਨ ਵਿੱਢੀ ਤਾਂ ਅਸੀਂ ਜੋ ਇਸ ਖੋਹ ਦਾ ਅਸਲ ਦੋਸ਼ੀ ਸੀਗਾ, ਜਿਸ ਦਾ ਨਾਮ ਹਰਮਨਦੀਪ ਸਿੰਘ ਪੁੱਤਰ ਰਸ਼ਪਾਲ ਸਿੰਘ, ਜੋ ਕਿ ਵਾਸੀ ਐਸਕੋਟ ਐਵਨਿਊ ਵੇਰਕਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ, ਜਦੋਂ ਅਸੀਂ ਇਸਨੂੰ ਇਸ ਮੁਕੱਦਮੇ ਵਿੱਚ ਅਰੈਸਟ ਕੀਤਾ ਤਾਂ ਉਸਨੇ ਆਪਣੀ ਪੁੱਛਗਿੱਛ ਦੇ ਵਿੱਚ ਦੱਸਿਆ ਕਿ ਜੋ ਵੀ ਫੋਨ ਉਹ ਅਲੱਗ ਅਲੱਗ, ਜੋ ਕਿ ਇਹਨਾਂ ਨੇ ਪਹਿਲਾਂ ਵੀ ਕਈ ਜਗ੍ਹਾ ਵਾਰਦਾਤ ਕੀਤੀ ਹੈ ਮਜੀਠਾ ਰੋਡ ਦੇ ਏਰੀਏ ਵਿੱਚ, ਸਿਵਲ ਲਾਈਨ ਦੇ ਏਰੀਏ ਦੇ ਵਿੱਚ, ਉਹ ਮੋਬਾਈਲ ਫੋਨ ਖੋਹ ਕਰਕੇ ਲਿਬਰਟੀ ਮਾਰਕੀਟ ਦੇ ਵਿੱਚ ਜੋ ਸੰਦੀਪ ਧਵਨ ਉਰਫ ਗੁੱਲਾ, ਉਸਦੀ ਦੁਕਾਨ 'ਤੇ 3500 ਰੁਪਏ ਦੇ ਵਿੱਚ ਮੋਬਾਈਲ ਵੇਚਦਾ ਵਾ, ਜੋ ਕਿ ਅੱਗੇ ਮੋਬਾਈਲਾਂ ਦੇ ਵਿੱਚ ਤਕਨੀਕੀ ਫੇਰ ਬਦਲ ਕਰਕੇ ਉਹਨਾਂ ਨੂੰ ਅੱਗੇ ਰੀਸੇਲ ਕਰਦਾ ਵਾ। ਜਦੋਂ ਸਾਡੀ ਪੁਲਿਸ ਪਾਰਟੀ ਨੇ ਦੋਸ਼ੀ ਸੰਦੀਪ ਧਵਨ ਉਰਫ ਗੁੱਲਾ ਨੂੰ ਇਸ ਮੁਕੱਦਮੇ ਦੇ ਵਿੱਚ ਨਾਮਜ਼ਦ ਕਰਕੇ ਜਦੋਂ ਉਸ 'ਤੇ ਦੁਕਾਨ 'ਤੇ ਰੇਡ ਕੀਤੀ ਤਾਂ ਉੱਥੋਂ ਸਾਨੂੰ ਅਲੱਗ ਅਲੱਗ ਚੋਰੀ ਦੇ ਖੋਹ ਦੇ ਟੋਟਲ 21 ਮੋਬਾਈਲ ਫੋਨ ਬਰਾਮਦ ਹੋਏ ਹਨ, ਜਿਸ ਬਾਰੇ ਉਹ ਕੋਈ ਵੀ ਬਿੱਲ, ਕੋਈ ਵੀ ਬਾਕਸ ਜਾਂ ਕੋਈ ਵੀ ਸਬੂਤ ਆਪਣੀ ਮਾਲਕੀ ਦੇ ਪੇਸ਼ ਨਹੀਂ ਕਰ ਪਾਇਆ। ਜਿਸ ਤੋਂ ਬਾਅਦ ਅਸੀਂ ਇਸ ਦੋਸ਼ੀ ਨੂੰ 411 APC, ਜੋ ਕਿ ਅਗਰ ਕੋਈ ਵੀ ਆਪਾਂ ਡਿਸਓਨੈਸਟਲੀ ਕੋਈ ਵੀ ਸਟੋਲਨ ਪ੍ਰੋਪਰਟੀ ਰਿਸੀਵ ਕਰਦੇ ਹਾਂ, ਜਿਸ ਦੇ ਤਹਿਤ ਇਸ ਮੁਕੱਦਮੇ ਵਿੱਚ ਵਾਧਾ ਕਰਕੇ ਮੇਨ ਦੋਸ਼ੀ ਹਰਮਨ ਅਤੇ ਇਸਦਾ ਜੋ ਦੁਕਾਨਦਾਰ ਜਿਸਨੇ ਮੋਬਾਈਲ ਫੋਨਾਂ ਦੀ ਖਰੀਦ ਕੀਤੀ ਸੀ, ਜਿਸਦਾ ਨਾਮ ਸੰਦੀਪ ਧਵਨ ਉਰਫ ਗੋਲਾ ਵਾ, ਦੋਨਾਂ ਨੂੰ ਅਰੈਸਟ ਕਰਕੇ ਇਸ ਮੁਕੱਦਮੇ ਦੇ ਵਿੱਚ ਟੋਟਲ 21 ਮੋਬਾਈਲ ਫੋਨਸ ਬਰਾਮਦ ਕੀਤੇ ਗਏ ਹਨ।
ਅੱਛਾ ਜਿਹੜੇ ਵਿੱਕੀ ਫੋਨ ਜਿਹੜੇ ਕੀਤੇ ਗਏ ਨੇ ਕਿਹੜੇ ਕਿਹੜੇ ਫੋਨ ਕਿੰਨੇ ਕਿ ਮਹਿੰਗੇ ਫੋਨ ਨੇ? ਇਹ ਅਲੱਗ ਅਲੱਗ ਨੇ ਜੀ, ਹਰ ਕਿਸਮ ਦਾ ਇਸ ਦੇ ਵਿੱਚ ਫੋਨ ਹੈ। ਸੈਮਸੰਗ ਦੇ ਨੇ, ਵੀਵੋ ਦੇ ਨੇ, M2 ਦੇ ਨੇ, ਆਈਫੋਨ ਦੇ ਆਈਫੋਨ ਹੈ। ਸੋ ਅਲੱਗ ਅਲੱਗ ਕਿਸਮ ਦੇ ਜੋ ਵੀ ਮੋਬਾਈਲ ਫੋਨ ਇੱਕ ਉਹ ਕਰਦਾ ਸੀ ਉਹ ਅੱਗੇ ਆ ਕੇ ਇਸ ਦੁਕਾਨਦਾਰ ਨੂੰ ਵੇਚਦਾ ਸੀ। ਪਹਿਲੀ ਵਾਰੀ ਵੇਖਿਆ ਕਿ ਜਿਹੜਾ ਚੋਰੀ ਦਾ ਮੋਬਾਈਲ ਹੈ ਉਹਦਾ ਰੇਟ ਫਿਕਸ ਹੋਵੇ। ਉੱਦਾਂ ਤਾਂ ਚਲੋ ਰੇਟ ਫਿਕਸ ਹੁੰਦੇ ਆ ਵੱਖੋ ਵੱਖ ਆਈਟਮਾਂ ਦੇ, ਇਹਦੇ ਵਿੱਚ 3500 ਹੀ ਹਰ ਮੋਬਾਈਲ 3500? ਬਿਲਕੁਲ ਜੀ, ਜੋ ਦੋਸ਼ੀ ਨੇ ਆਪਣੀ ਪੁੱਛਗਿੱਛ ਦੇ ਵਿੱਚ ਦੱਸਿਆ ਕਿ ਉਹ ਮੋਬਾਈਲ ਫੋਨ ਜੋ ਵੀ ਖੋਹ ਕਰਦਾ ਸੀ ਸਥਿਤੀ ਕੰਡੀਸ਼ਨ ਦੇ ਹਿਸਾਬ ਨਾਲ ਉਹ ਕਰੀਬ 3500 ਰੁਪਏ ਦੇ ਵਿੱਚ ਉਹ ਮੋਬਾਈਲ ਫੋਨ ਇਸ ਦੁਕਾਨਦਾਰ ਨੂੰ ਵੇਚਦਾ ਸੀ। ਕਿੰਨੇ ਕੁ ਸਮੇਂ ਤੋਂ ਲਗਾਤਾਰ ਇਹ ਚੱਲਦਾ ਆ ਰਿਹਾ ਸੀਗਾ ਇਹਨਾਂ ਦਾ ਇਸ ਤਰੀਕੇ? ਜੋ ਇਸ ਦੇ ਖਿਲਾਫ਼, ਇਸ ਤੋਂ ਪਹਿਲਾਂ ਇਸ ਦੇ ਖਿਲਾਫ਼ ਕੋਈ ਹੋਰ ਮੁਕੱਦਮੇ ਦੇ ਵਿੱਚ ਅਰੈਸਟ ਤਾਂ ਨਹੀਂ ਪਈ, ਬਟ ਇਸਨੇ ਕਈ ਹੋਰ ਵਾਰਦਾਤਾਂ ਮੰਨੀਆਂ ਨੇ। ਸੋ ਅਸੀਂ ਜਿਹੜੇ ਮੋਬਾਈਲ ਫੋਨ ਇੱਕੀ ਦੇ ਇੱਕੀ ਰਿਕਵਰ ਕੀਤੇ ਨੇ ਇਹਨਾਂ ਦਾ ਟੈਕਨੀਕਲੀ ਇਹਨਾਂ ਨੂੰ ਸਰਚ ਕਰਕੇ ਇਹਨਾਂ ਦੇ ਮਾਲਕਾਂ ਤੱਕ ਪਹੁੰਚਾਂਗੇ ਅਤੇ ਫਿਰ ਮਾਲਕਾਂ ਤੋਂ ਇਸ ਬਾਰੇ ਪੁੱਛਗਿੱਛ ਕੀਤੀ ਜਾਊਗੀ ਕਿ ਉਹਨਾਂ ਨੇ ਜਦੋਂ ਉਸ ਨਾਲ ਵਾਰਦਾਤ ਹੋਈ ਤਾਂ ਕਿਸ ਥਾਣੇ ਦੇ ਵਿੱਚ ਉਹਨਾਂ ਦਾ ਮੁਕੱਦਮਾ ਦਰਜ ਆ। ਸੋ ਉਹਨਾਂ ਮੁਕੱਦਮਿਆਂ ਦੇ ਵਿੱਚ ਵੀ ਅਸੀਂ ਇਸ ਦੋਸ਼ੀ ਨੂੰ ਨਾਮਜ਼ਦ ਕਰਾਂਗੇ ਅਤੇ ਉਸ ਤੋਂ ਬਾਅਦ ਹੀ ਦੱਸ ਸਕਦੇ ਹਾਂ ਕਿ ਕਿੰਨੇ ਪੁਰਾਣੀਆਂ ਵਾਰਦਾਤਾਂ ਦੇ ਵਿੱਚ ਇਹ ਪਿਆ ਹੋਇਆ ਸੀਗਾ। ਦੋਸ਼ੀ ਦੀ ਉਮਰ ਕਿੰਨੀ? ਜੋ ਇਹ ਦੋਸ਼ੀ ਆ ਇਹ ਵੈਸੇ ਤਾਂ ਨਸ਼ੇ ਦਾ ਆਦੀ ਆ, ਕੋਈ ਕੰਮ ਧੰਦਾ ਕੋਈ ਨਹੀਂ ਕਰਦਾ ਅਤੇ ਹਜੇ ਅਧੇੜ ਉਮਰ ਦਾ ਹੀ ਆ, 20-25 ਸਾਲ ਦੇ ਵਿਚਾਲੇ ਇਸ ਦੀ ਉਮਰ ਹੈ ਜੀ। ਸਰ ਲੱਗਦਾ ਕਿ ਇਹਦੇ ਵੱਲੋਂ ਚੋਰੀ ਦੇ ਮੋਬਾਈਲ ਕੁਝ ਵੇਚੇ ਵੀ ਗਏ ਨੇ ਲੋਕਾਂ ਨੂੰ? ਬਿਲਕੁਲ ਜੀ, ਹੋ ਸਕਦਾ ਵਾ ਇਹ ਹਜੇ ਇਨਵੈਸਟੀਗੇਸ਼ਨ ਦਾ ਮੁੱਦਾ ਵਾ, ਜੋ ਦੋਨੇ ਦੋਸ਼ੀ ਨੇ ਇਸ ਮੁਕੱਦਮੇ ਦੇ ਉਹਨਾਂ ਤੋਂ ਡਿਟੇਲ ਦੇ ਵਿੱਚ ਹੁਣ ਰਿਮਾਂਡ ਲਿਆ ਗਿਆ ਵਾ ਅਤੇ ਰਿਮਾਂਡ ਦੌਰਾਨ ਇਹਨਾਂ ਤੋਂ ਡਿਟੇਲ ਦੇ ਵਿੱਚ ਪੁੱਛਗਿੱਛ ਕੀਤੀ ਜਾਊਗੀ ਅਤੇ ਸਾਨੂੰ ਪੂਰੀ ਉਮੀਦ ਆ ਕਿ ਹੋਰ ਵੀ ਰਿਕਵਰੀ ਹੋ ਸਕਦੀ ਆ ਅਤੇ ਹੋਰ ਵੀ ਕਈ ਵਾਰਦਾਤਾਂ ਜੋ ਇਹਨਾਂ ਵੱਲੋਂ ਕੀਤੀਆਂ ਗਈਆਂ ਨੇ, ਜੋ ਹਰਮਨ ਵੱਲੋਂ ਕੀਤੀਆਂ ਗਈਆਂ ਨੇ, ਉਹਨਾਂ ਦਾ ਖੁਲਾਸਾ ਵੀ ਹੋ ਸਕਦਾ ਵਾ। ਸਰ, ਦੁਕਾਨਦਾਰਾਂ ਵੱਲੋਂ ਮਾਫ਼ੀ ਮੰਗੀ ਗਈ ਹੈ ਅਤੇ ਉਹਨਾਂ ਨੂੰ ਕੀ ਹੋਰ ਦੁਕਾਨਦਾਰਾਂ ਨੂੰ ਕੀ ਅਪੀਲ ਆ? ਅੱਜ ਇਸੇ ਮੁਕੱਦਮੇ ਦੇ ਸੰਬੰਧ ਵਿੱਚ ਅਸੀਂ ਜੋ ਦੋਸ਼ੀ ਦੁਕਾਨਦਾਰ ਆ ਉਸਨੇ ਪਰਿਵਾਰ ਨੂੰ ਕੱਲ੍ਹ ਉਹਨਾਂ ਨੂੰ ਪ੍ਰੂਫ ਦੇ ਤਹਿਤ ਦਿਖਾਇਆ ਸੀ ਕਿ ਆਹ ਮੋਬਾਈਲ ਫੋਨ ਨੇ ਜੋ ਇਸ ਜਗ੍ਹਾ ਤੋਂ ਖੋਹ ਕੀਤੇ ਗਏ ਨੇ, ਉਹਨਾਂ ਨੂੰ ਜਿਸ ਮਦਈ ਹੈ ਜਿਨ੍ਹਾਂ ਦੇ ਮੋਬਾਈਲ ਫੋਨ ਖੋਹ ਕੀਤੇ ਗਏ ਨੇ ਉਹਨਾਂ ਨਾਲ ਵੀ ਬੁਲਾਇਆ ਗਿਆ ਸੀ, ਉਹਨਾਂ ਨੂੰ ਫੋਟੋਗ੍ਰਾਫੀ ਵੀਡੀਓ ਵੀ ਦਿਖਾਈ ਗਈ ਸੀ ਕਿ ਜਿਸ ਜਿਸ ਜਗ੍ਹਾ ਜਾ ਕੇ ਹਰਮਨ ਨੇ ਮੋਬਾਈਲ ਫੋਨ ਖੋਹ ਕਰਕੇ ਉਸਨੂੰ ਦਿੱਤੇ ਹਨ। ਪਰਿਵਾਰ ਸਾਡੇ ਨਾਲ ਪੂਰਾ ਗੱਲ ਸਹਿਮਤ ਸੀ, ਬਟ ਅੱਜ ਕਿਸੇ ਪ੍ਰਧਾਨ ਵੱਲੋਂ ਜਾਂ ਕਿਸੇ ਵੱਲੋਂ ਅਫਵਾਹ ਫੈਲਾਈ ਗਈ ਦੁਕਾਨਦਾਰਾਂ ਦੇ ਵਿੱਚ ਕਿ ਪੁਲਿਸ ਵੱਲੋਂ ਗਲਤ ਪਰਚਾ ਕੀਤਾ ਜਾ ਰਿਹਾ, ਪੁਲਿਸ ਵੱਲੋਂ ਵਧੀਕੀ ਕੀਤੀ ਜਾ ਰਹੀ ਆ ਜਾਂ ਹੋਰ ਧਾਰਾਵਾਂ ਦੇ ਤਹਿਤ ਕੋਈ ਨਸ਼ੇ ਦੇ ਪਰਚੇ ਦਰਜ ਕੀਤੇ ਜਾ ਰਹੇ ਨੇ। ਸੋ ਇਹਨਾਂ ਅਫਵਾਹਾਂ ਨੂੰ ਚੱਲਦੇ ਅੱਜ ਦੁਕਾਨਦਾਰ ਇਕੱਠੇ ਹੋ ਕੇ ਰੇਲਵੇ ਸਟੇਸ਼ਨ ਸਾਹਮਣੇ ਉਹਨਾਂ ਨੇ ਰੋਡ ਵੀ ਬਲੋਕ ਕੀਤਾ ਸੀ। ਜਦੋਂ ਅਸੀਂ ਦੁਕਾਨਦਾਰਾਂ ਨੂੰ ਜਾ ਕੇ ਸੱਚਾਈ ਦੱਸੀ ਤਾਂ ਉਹ ਵੀ ਸਾਡੇ ਨਾਲ ਸਹਿਮਤ ਹੋਏ ਅਤੇ ਜਿਨ੍ਹਾਂ ਵੱਲੋਂ ਅਫਵਾਹ ਫੈਲਾਈ ਗਈ ਸੀ ਜਾਂ ਧਰਨਾ ਲਾਇਆ ਗਿਆ ਸੀ, ਕਿਉਂਕਿ ਧਰਨਾ ਕਿਸੇ ਪੁਲਿਸ ਦੀ ਪਰਮਿਸ਼ਨ ਤੋਂ ਬਿਨਾਂ ਰੋਡ ਬਲੋਕ ਕਰਨਾ ਵੀ ਇੱਕ ਤਰ੍ਹਾਂ ਨਾਲ ਕਾਨੂੰਨੀ ਜੁਰਮ ਆ। ਤੁਹਾਡੇ ਖਿਲਾਫ਼ ਲੋਕਾਂ ਨੂੰ ਆਵਾਜਾਈ ਰੋਕਣ ਲਈ, ਟ੍ਰੈਫਿਕ ਦੀ ਵਿਵਸਥਾ ਨੂੰ ਖਰਾਬ ਕਰਨ ਲਈ ਤੁਹਾਡੇ ਖਿਲਾਫ਼ ਕਾਰਵਾਈ ਹੋ ਸਕਦੀ ਆ। ਇਸ ਕਰਕੇ ਉਹ ਦੁਕਾਨਦਾਰ ਸਾਡੇ ਕੋਲ ਆਏ ਨੇ, ਉਹਨਾਂ ਨੇ ਲਿਖਤੀ ਦੇ ਵਿੱਚ ਮਾਫ਼ੀਨਾਮਾ ਹੀ ਮੰਗਿਆ ਕਿ ਗਲਤੀ ਨਾਲ ਸਾਨੂੰ ਕਿਸੇ ਨੇ ਅਫਵਾਹ ਫੈਲਾਈ ਜਿਸ ਕਾਰਨ ਅਸੀਂ ਉਸ ਦੀਆਂ ਗੱਲਾਂ ਵਿੱਚ ਆ ਕੇ ਇਹ ਕਦਮ ਚੱਕਿਆ ਸੀ, ਬਟ ਉਹ ਪੁਲਿਸ ਦੀ ਕਾਰਵਾਈ ਨਾਲ ਹੁਣ ਪੂਰੇ ਸਹਿਮਤ ਹਨ ਅਤੇ ਉਹਨਾਂ ਨੇ ਸਾਨੂੰ ਪ੍ਰੋਮਿਸ ਵੀ ਕੀਤਾ ਕਿ ਅੱਗੇ ਤੋਂ ਅਸੀਂ ਦੁਕਾਨਦਾਰ ਸਾਰੇ ਤੁਹਾਡੇ ਨਾਲ ਪ੍ਰੋਮਿਸ ਕਰਦੇ ਹਾਂ ਕਿ ਬਿਨਾਂ ਬਿੱਲ ਤੋਂ ਬਿਨਾਂ ਬੋਕਸ ਅਸੀਂ ਕੋਈ ਮੋਬਾਈਲ ਨਹੀਂ ਖਰੀਦਾਂਗੇ। ਅਤੇ ਮੈਂ ਦੁਕਾਨਦਾਰਾਂ ਨੂੰ ਇਹ ਦੱਸਣਾ ਵੀ ਚਾਹੁੰਦਾ ਵਾਂ ਕਿ ਅਗਰ ਤੁਸੀਂ ਕੋਈ ਵੀ ਸਟੋਲਨ ਜਾਂ ਖੋਹ ਕੀਤੀ ਜਾਂ ਚੋਰੀ ਕੀਤੀ ਪ੍ਰੋਪਰਟੀ ਰਿਸੀਵ ਕਰਦੇ ਹੋ ਤਾਂ ਤੁਸੀਂ ਵੀ ਆਈ ਪੀ ਐੱਸ ਦੀ ਧਾਰਾ 411 ਦੇ ਤਹਿਤ ਦੋਸ਼ੀ ਮੰਨੇ ਜਾਂਦੇ ਹੋ। ਇਸ ਕਰਕੇ ਅਗਰ ਤੁਸੀਂ ਕੋਈ ਵੀ ਇਹੋ ਜਿਹੀ ਪ੍ਰੋਪਰਟੀ ਤੁਹਾਡੇ ਕੋਲੋਂ ਬਰਾਮਦ ਹੁੰਦੀ ਆ ਤਾਂ ਤੁਹਾਡੀ ਵੀ ਉਸ ਮੁਕੱਦਮੇ ਦੇ ਵਿੱਚ 411 ਦਾ ਵਾਧਾ ਕਰਕੇ ਉਸ ਦੇ ਵਿੱਚ ਅਰੈਸਟ ਪਊਗੀ। ਇਸ ਲਈ ਅੱਗੇ ਤੋਂ ਅਗਰ ਕੋਈ ਫੋਨ ਤੁਸੀਂ ਰਿਸੀਵ ਕਰਨਾ, ਕੋਈ ਸੈਕਿੰਡ ਹੈਂਡ ਫੋਨ ਲੈਣਾ, ਤਾਂ ਪਹਿਲਾਂ ਤਾਂ ਮਾਲਕ ਕੋਲੋਂ ਉਸ ਚੀਜ਼ ਦਾ ਬਿੱਲ ਲਓ, ਨਾਲ ਉਸਦਾ ਬੋਕਸ ਲਓ, ਉਸ ਤੋਂ ਬਾਅਦ ਵੈਰੀਫਾਈ ਕਰਨ ਤੋਂ ਬਾਅਦ ਹੀ ਕੋਈ ਚੀਜ਼ ਖਰੀਦੋ।